ਅਮਰ ਦਾਸ ਅਪਾਹਜ ਆਸ਼ਰਮ ਵਿੱਚ ਅੱਖਾਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਸੋਹਾਣਾ ਹੋਸਪਿਟਲ ਲੁਧਿਆਣਾ ਤੋਂ ਡਾਕਟਰਾਂ ਦੀ ਟੀਮ ਆਈ ਹੈ। ਉਹਨਾਂ ਨੇ ਸਾਡੇ ਸਾਰੇ ਹੋਸਪਿਟਲ ਦੇ ਜਿਹੜੇ ਵੀ ਪੇਸ਼ੈਂਟ ਨੇ ਉਹਨਾਂ ਨੂੰ ਚੈੱਕ ਕਰਨਾ ਹੈ ਅਤੇ ਸਾਰੇ ਹੋਸਪਿਟਲ ਨੂੰ, ਹੋਸਪਿਟਲ ਦੇ ਵਰਕਰਾਂ ਨੂੰ, ਜਿਹੜੇ ਸੇਵਾਦਾਰ ਨੇ, ਸਾਰਿਆਂ ਨੂੰ ਬਿਮਾਰੀਆਂ ਤੋਂ ਸੁਚੇਤ ਰਹਿਣ ਬਾਰੇ, ਅੱਖਾਂ ਤੋਂ ਸੁਚੇਤ ਰਹਿਣ ਬਾਰੇ ਉਹਨਾਂ ਨੂੰ ਗਾਈਡ ਕਰਨਾ ਹੈ। ਸਗੋਂ ਬੇਨਤੀ ਹੈ, ਸਾਡੇ ਕੋਲ ਸਰਾਭਾ ਹੋਸਪਿਟਲ ਦੇ ਟਰਾਸੀ ਸਰਦਾਰ ਟਹਿਲ ਸਿੰਘ ਪਹੁੰਚੇ ਹਨ। ਪਹਿਲਾਂ ਉਹ ਸਾਡੇ ਆਸ਼ਰਮ ਦੇ ਵਿੱਚ ਜਿੰਨੇ ਇੰਪਲਾਈਜ ਨੇ ਸਾਰਿਆਂ ਨੂੰ ਉਹ ਆਪਣੇ ਵਿਚਾਰ ਦੱਸਣ। ਬਹੁਤ ਹੀ ਵਧੀਆ ਇੱਥੇ ਸੇਵਾ ਹੋ ਰਹੀ ਆ, ਸੰਤਾਂ ਨੇ ਬਹੁਤ ਹੀ ਵਧੀਆ ਟੀਮ ਭੇਜੀ ਆ, ਇਹਨਾਂ ਨੇ ਸਾਰੇ ਇਲਾਜ ਲਈ ਭੇਜੇ ਆ, ਆ ਪੇਪਰ 'ਤੇ ਲਿਖਿਆ ਵੀ ਹੋਇਆ। ਆਪਾਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਆਇਆਂ ਦਾ। ਇਹੀ ਜੀ ਸੇਵਾ ਕੋਈ ਕੋਈ ਕਰਦਾ, ਜਿਸ ਤਰ੍ਹਾਂ ਹੋਸਪਿਟਲ ਦੇ ਵਿੱਚ ਸੇਵਾ ਹੋ ਰਹੀ ਆ, ਉਸੇ ਤਰ੍ਹਾਂ ਹੀ ਇਹ ਸੇਵਾ ਕਰ ਰਹੇ ਸੀ ਆਪਣੀ ਸੋਹਾਣਾ ਹੋਸਪਿਟਲ ਤੋਂ ਆਇਆ। ਇਸ ਕਰਕੇ ਮੈਨੂੰ ਇਹਨਾਂ ਦੀ ਜਾਣ ਪਛਾਣ ਪਹਿਲਾਂ ਨਹੀਂ ਸੀ, ਗਾਹਾਂ ਨੂੰ ਜਾਣ ਪਛਾਣ ਵਧੀਆ ਕਰਕੇ ਇਹਨਾਂ ਦੀ ਵਧੀਆ ਸਪੀਚ ਕਰਿਆ ਕਰਾਂਗੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਕੈਂਪ ਕਰਾਇਆ। ਵਾਹਿਗੁਰੂ ਜੀ ਆਪਣੇ ਚੰਗੀ ਤਰ੍ਹਾਂ ਧੋਣੇ ਆ, ਕੋਸ਼ਿਸ਼ ਕਰੋ ਕਿ ਜਿਹੜੀ ਤੁਸੀਂ ਡਰੈਸ ਪਾਈ
ਅਲਸਰ ਹੈ ਜਾਂ ਕੋਈ ਏਦਾਂ ਦੀ ਚੀਜ਼ ਹੈ ਤੁਸੀਂ ਆਪਣੇ ਕੋਲ ਯੂਜ਼ ਕਰੋ। ਜਦੋਂ ਤੁਸੀਂ ਕਿਸੇ ਇੱਕ ਮਰੀਜ਼ ਨੂੰ ਹੱਥ ਲਗਾਇਆ ਉਸ ਤੋਂ ਬਾਅਦ ਦੂਜੇ ਮਰੀਜ਼ ਨੂੰ ਹੱਥ ਲਗਾਉਣਾ ਪੈਂਦਾ ਵਾ ਤਾਂ ਤੁਸੀਂ ਆਪਣੇ ਹੱਥ ਪਹਿਲਾਂ ਧੋ ਕੇ ਫਿਰ ਕਿਸੇ ਹੋਰ ਮਰੀਜ਼ ਨੂੰ ਹੱਥ ਲਗਾਇਆ, ਠੀਕ ਹੈ। ਭਾਵੇਂ ਉਹ ਕਿੱਦਾਂ ਦਾ ਵੀ ਮਰੀਜ਼ ਹੈ, ਤੁਹਾਨੂੰ ਨਹੀਂ ਪਤਾ ਕਿ ਉਹ ਇੱਕ ਇਨਫੈਕਸ਼ਨ ਜਿਹੜੀ ਹੈ ਉਹ ਦੂਜੇ ਮਰੀਜ਼ ਤੋਂ ਕਿੱਦਾਂ ਟ੍ਰਾਂਸਫਰ ਹੋਏਗੀ। ਅਗਰ ਜਿਵੇਂ ਕੋਈ ਅੱਖਾਂ ਦੀ ਪ੍ਰੋਬਲਮ ਹੈ ਕਿਸੇ ਨੂੰ, ਠੀਕ ਹੈ, ਜਿਵੇਂ ਕਿਸੇ ਦੇ ਪਾਣੀ ਨਿਕਲ ਰਿਹਾ ਕੁਛ ਹੈ, ਤਾਂ ਤੁਸੀਂ ਉਹਨੂੰ ਇਹ ਨੀ ਕਹਿਣਾ ਹੈਗਾ ਕਿ ਡਾਇਰੈਕਟ ਤੁਸੀਂ ਜਾਓ ਜੇ ਛਿੱਟੇ ਮਾਰ ਲਓ, ਛਿੱਟੇ ਮਾਰ ਕੇ ਦੇਖੋ ਕੋਈ ਚੀਜ਼ ਨਿਕਲ ਰਹੀ ਹੈ ਕੁਛ, ਉਹਨੂੰ ਛਿੱਟੇ ਮਾਰਨ ਲਈ ਐਡਵਾਈਜ਼ ਨਹੀਂ ਕਰਦਾ। ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਇਨਫੈਕਸ਼ਨ ਕ੍ਰੀਏਟ ਕਰ ਦਿੰਦੀਆਂ ਨੇ ਹੋਰ ਜ਼ਿਆਦਾ। ਆਪਾਂ ਨੂੰ ਨਹੀਂ ਪਤਾ ਨਾ ਪਾਣੀ ਵੀ ਸਾਫ਼ ਹੈਗਾ ਨਹੀਂ ਹੈਗਾ, ਉਹ 'ਚ ਕਿੰਨੇ ਕੁ ਬੈਕਟੀਰੀਆ ਹੈ, ਕਿੰਨਾ ਕੁ ਕੈਮੀਕਲ ਹੈਗਾ, ਕੀ ਚੀਜ਼ ਹੈਗੀ ਹੈ ਕਿ ਨਹੀਂ। ਆਪਾਂ ਸਿੱਧਾ ਕਹਿੰਦੇ ਉਹਨਾਂ ਨੂੰ ਛਿੱਟੇ ਮਾਰ ਲਓ, ਆਪਾਂ ਆਪਣੀਆਂ ਵੀ ਛਿੱਟੇ ਮਾਰਨ ਲੱਗ ਜਾਂਦੇ ਹਾਂ ਕਿਸੇ ਟਾਈਮ 'ਤੇ ਇੱਥੋਂ ਤੋਂ, ਤਾਂ ਉਹ ਨਹੀਂ ਕਰਦਾ, ਠੀਕ ਹੈ। ਬਾਕੀ ਜਿਵੇਂ ਕੋਈ ਮਰੀਜ਼ ਤੁਹਾਨੂੰ ਇੱਦਾਂ ਦਾ ਲੱਗਦਾ ਹੈ ਕਿ ਬਲੱਡ ਲੱਗਿਆ ਹੋਇਆ, ਕੁਛ ਵੀ ਲੱਗਿਆ ਹੋਇਆ, ਤੁਸੀਂ ਉਹਨੂੰ ਸਿੱਧਾ ਜਾ ਕੇ ਹੱਥ ਨਹੀਂ ਲਗਾਓ, ਗਲਵਸ ਪਾਓ, ਠੀਕ ਹੈ, ਆਪਣੇ ਆਪ ਦਾ ਬਚਾਅ ਵੀ ਕਰਨਾ ਉਹਨਾਂ ਦੇ ਨਾਲ, ਤਾਂ ਹੀ ਤੁਸੀਂ ਕਿਸੇ ਹੋਰ ਨੂੰ ਸੰਭਾਲ ਸਕਦੇ ਹੋ। ਅਗਰ ਤੁਸੀਂ ਆਪਣੇ ਹੀ ਬਚਾਅ ਕਰੋਗੇ ਕਿੱਦਾਂ ਕਿਸੇ ਹੋਰ ਨੂੰ ਆਪਾਂ ਸੰਭਾਲ ਸਕਦੇ ਹਾਂ। ਇਕੱਲਾ ਅੱਖਾਂ ਲਈ ਨਹੀਂ ਹੈ, ਬਾਕੀ ਸਾਰੇ ਸਰੀਰਕ ਲਈ ਵੀ ਹੈ। ਆਪਾਂ ਨੂੰ ਨਹੀਂ ਪਤਾ ਆਪਣੇ ਕੋਲ ਕਿੱਦਾਂ ਦਾ ਮਰੀਜ਼ ਆਇਆ ਹੋਇਆ, ਆਪਾਂ ਜਦੋਂ ਉਹਨਾਂ ਦੇ ਟੈਸਟ ਕਰਾਵਾਂਗੇ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਨੂੰ ਕੀ ਬਿਮਾਰੀ ਹੈ ਜਾਂ ਉਹਨੂੰ ਕੀ ਚੀਜ਼ ਦੀ ਇੱਦਾਂ ਦੀ ਦਿੱਕਤ ਹੈਗੀ ਹੈ, ਉਹਨੂੰ ਕੋਈ ਖੂਨ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਉਹਨੂੰ ਕੀ ਦਿੱਕਤ ਹੈ। ਆਪਾਂ ਦੇ ਟੈਸਟ ਕਰਾਵਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ, ਜਦ ਤੱਕ ਆਪਾਂ ਟੈਸਟ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਤਾਂ ਆਪਾਂ ਨੂੰ ਕੁਛ ਨਹੀਂ ਪਤਾ ਕਿ ਉਹਦੇ ਬਾਰੇ ਕੀ ਹੈਗਾ ਕੀ। ਦੂਜੀ ਗੱਲ ਇਹ ਕਿ ਜਿਵੇਂ ਤੁਸੀਂ ਕਿਸੇ ਮਰੀਜ਼ ਨੂੰ ਦੇਖ ਰਹੇ ਹੋ ਤਾਂ ਤੁਸੀਂ ਠੀਕ ਹੈ, ਆਪਾਂ ਉਹਨਾਂ ਨਾਲ ਘਰ ਦੇ ਵਾਂਗ ਮਾਹੌਲ ਰੱਖਿਆ ਹੋਇਆ ਉਹਦੇ ਕਿ ਆਪਾਂ ਉਹਨਾਂ ਦੇ ਨਾਲ ਬਹੁਤ ਵਧੀਆ ਉਹਦੇ ਰਹਿ ਰਹੇ ਹਾਂ, ਸਾਰਾ ਠੀਕ ਹੈ, ਪਰ ਉਹਨਾਂ ਦੇ ਨਾਲ ਬੈੱਡ 'ਤੇ ਉਹਨਾਂ ਦੇ ਹੀ ਬੈੱਡ 'ਤੇ ਜਾ ਕੇ ਨਹੀਂ ਬਹਿਣਾ, ਉਹਨਾਂ ਦੀ ਮੰਜੀ 'ਤੇ ਜਾ ਕੇ ਨਹੀਂ ਬਹਿਣਾ ਹੈਗਾ। ਜਿਵੇਂ ਜਿੱਥੇ ਬੈਠੇ ਹੋਏ ਹਾਂ ਤਾਂ ਥੋੜ੍ਹਾ ਆਪਣਾ ਉਹਨਾਂ ਦੇ ਨਾਲ ਡਿਸਟੈਂਸ ਬਣਾ ਕੇ ਰੱਖਣਾ, ਕਿਉਂ ਫਿਰ ਆਪਣੇ ਕੱਪੜੇ ਵੀ ਉਹਨਾਂ ਦੇ ਨਾਲ, ਆਪਣੀ ਡਰੈਸ ਸਾਰੀ ਖਰਾਬ ਹੋ ਰਹੀ ਹੈ ਉਹਨਾਂ ਦੇ ਨਾਲ, ਜਿੰਨਾ ਉਹਨਾਂ ਦੇ ਨਾਲ ਆਪਾਂ ਟੱਚ 'ਚ ਰਹਾਂਗੇ ਉਨਾ ਆਪਾਂ ਨੂੰ ਵੀ ਤਾਂ ਇਨਫੈਕਸ਼ਨ ਹੋਏਗੀ ਨਾ, ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਥੋੜ੍ਹਾ ਜਿਹਾ ਧਿਆਨ ਰੱਖਿਓ। ਕੋਈ ਜਿਵੇਂ ਉਹੀ ਗੱਲ ਆ ਗਈ, ਜਿਵੇਂ ਆਪਾਂ ਨੂੰ ਨਹੀਂ ਪਤਾ ਕਿ ਕੌਣ ਮਰੀਜ਼ ਕਿੱਦਾਂ ਦਾ ਹੈ, ਹੈ ਨਾ। ਤੁਹਾਡੇ ਕੋਲ ਜਿਹੜਾ ਵੀ ਪੇਸ਼ੈਂਟ ਹੈ, ਤੁਸੀਂ ਜਦੋਂ ਕੇਅਰ ਕਰਨੀ ਸਟਾਰਟ ਕੀਤੀ ਹੈ ਕਿਸੇ ਮਰੀਜ਼ ਦੀ, ਤਾਂ ਤੁਸੀਂ ਆਪਣਾ ਮਾਸਕ ਲਗਾਓ, ਹੱਥ 'ਤੇ ਗਲਵਸ ਪਾਓ, ਮਾਸਕ ਲਗਾਓ, ਕਿਸੇ ਦੇ ਸਾਹ ਦੇ ਥਰੂ, ਜਿਵੇਂ TB ਹੈ ਗੱਡੀ 'ਚ, ਆਪਾਂ ਨੂੰ ਨਹੀਂ ਪਤਾ ਕਿ ਆਪਣੇ ਅੰਦਰ ਕਿਹੜੀ ਕੀ ਚੀਜ਼ਾਂ, ਉਹਨਾਂ ਦੇ ਸਾਹ ਦੇ ਥਰੂ ਉਹ ਖਾਂਸੀ ਕਰ ਰਹੇ ਹੈ, ਉਹਨੇ ਕਿੱਥੇ ਖਾਂਸੀ ਕੀਤੀ, ਉਹਦਾ ਕਿੱਥੇ ਫੁੱਟ ਪਿਆ, ਕਿੱਥੇ ਨਹੀਂ ਪਿਆ, ਆਪਾਂ ਉੱਥੇ ਹੱਥ ਲਗਾ ਰਹੇ ਹਾਂ, ਆਪਾਂ ਉਹਨਾਂ ਦੇ ਬੈੱਡ 'ਤੇ ਬੈਠ ਰਹੇ ਹਾਂ, ਆਪਾਂ ਨੂੰ ਨਹੀਂ ਪਤਾ ਨਾ ਕਿਸੇ ਵੀ ਚੀਜ਼ ਦਾ, ਪਰ ਉਹ ਵੀ ਚੀਜ਼ਾਂ ਆਪਾਂ 'ਚ ਧਿਆਨ ਰੱਖਣਾ, ਠੀਕ ਹੈ। ਕੋਸ਼ਿਸ਼ ਕਰੋ ਮਾਸਕ ਲਗਾਓ ਆਪਣੇ, ਗਲਵਸ ਪਾਓ ਆਪਣੇ, ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਣੇ ਵੀ ਹੱਥ ਧੋਵੋ, ਉਹਨਾਂ ਨੂੰ ਵੀ ਕਹੋ, ਉਹਨਾਂ ਦੀ ਸਾਫ਼ ਸਫਾਈ ਦਾ ਵੀ ਧਿਆਨ ਰੱਖਣਾ। ਜਦੋਂ ਆਪਾਂ ਤਾਂ ਆਪਾਂ ਤਾਂ ਹੀ ਕਰਾਂਗੇ ਜਦੋਂ ਆਪਾਂ ਆਪਣੇ 'ਤੇ ਆਪਣੇ ਹੱਥ 'ਤੇ ਸਹੀ ਤਰ੍ਹਾਂ ਸਾਫ਼ ਕਰਨੇ ਸ਼ੁਰੂ ਕਰਾਂਗੇ, ਆਪਣਾ ਚੰਗੀ ਤਰ੍ਹਾਂ ਸਫਾਈ ਰੱਖਣੀ ਸ਼ੁਰੂ ਕਰਾਂਗੇ, ਆਪਾਂ ਤਾਂ ਹੀ ਮਰੀਜ਼ਾਂ ਨੂੰ ਕਹਾਂਗੇ ਨਾ ਕਿ ਤੁਸੀਂ ਸਾਫ਼ ਸੁਥਰੇ ਰਹੋ, ਆਪਾਂ ਉਹਨਾਂ ਦਾ ਤਾਂ ਹੀ ਧਿਆਨ ਰੱਖ ਪਾਵਾਂਗੇ। ਜਿਵੇਂ ਕੈਂਸਰ ਵਾਲੇ ਮਰੀਜ਼ ਆਉਂਦੇ ਆ ਜਾਂ ਕੁਛ ਹੈ, ਤਾਂ ਗਲਵਸ ਪਾਉਣਾ ਕਿਉਂ ਜ਼ਰੂਰੀ ਹੈ ਉਹਨਾਂ ਲਈ, ਕਿਉਂਕਿ ਜਿਵੇਂ ਉਹਨਾਂ ਦੇ ਕਿੱਥੇ ਖੂਨ ਨਿਕਲ ਰਿਹਾ ਜਾਂ ਕੋਈ ਉਹਨਾਂ ਦੀ ਕੋਈ ਵੂੰਡ ਇੱਦਾਂ ਦਾ ਓਪਨ ਹੈਗਾ ਜਿੱਥੇ ਉਹਨਾਂ ਦਾ ਸੱਟ ਲੱਗੀ ਹੋਈ ਹੈ ਜਾਂ ਕੁਛ ਹੈ, ਤੁਹਾਡੇ ਵੀ ਹੱਥ 'ਤੇ ਕਿੱਥੇ ਚੋਟ ਲੱਗੀ ਹੋਈ ਹੈ ਜਾਂ ਕੁਛ, ਤਾਂ ਉਹਨਾਂ ਦਾ ਜਿੰਨਾ ਖੂਨ ਵਾਲੀਆਂ ਚੀਜ਼ਾਂ ਹੋਣਗੀਆਂ ਤੁਹਾਡੇ ਅੰਦਰ ਜਾਣਗੀਆਂ, ਤਾਂ ਫਿਰ ਉਹ ਆਪਾਂ ਨੂੰ ਵੀ, ਤੁਸੀਂ ਸੋਚ ਸਕਦੇ ਹੋ ਕਿ ਅਗਰ ਆਪਾਂ ਪੋਜ਼ੀਟਿਵ ਨਹੀਂ ਹਾਂ ਤਾਂ ਉਸ ਚੀਜ਼ ਤੋਂ ਆਪਾਂ ਪੋਜ਼ੀਟਿਵ ਹੋ ਜਾਵਾਂਗੇ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਆਪਾਂ ਕੁਛ ਹੋਰ ਤਰੀਕੇ ਨਾਲ ਹੀ ਪੋਜ਼ੀਟਿਵ ਹੋ, ਇੱਦਾਂ ਨਹੀਂ ਹੈ। ਜੇ ਆਪਾਂ ਕਿਸੇ ਮਰੀਜ਼ ਨਾਲ ਮਤਲਬ ਇੱਦਾਂ ਦਾ ਕੰਟੈਕਟ ਕਰਾਂਗੇ ਤਾਂ ਵੀ ਤਾਂ ਆਪਾਂ ਪੋਜ਼ੀਟਿਵ ਹੋਵਾਂਗੇ ਨਾ, ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਤੁਸੀਂ ਕੇਅਰ ਤਾਂ ਹੀ ਉਹਨਾਂ ਦੀ ਕਰ ਸਕਦੇ ਹੋ, ਤੁਸੀਂ ਆਪਣਾ ਧਿਆਨ ਰੱਖੋਗੇ, ਜੇ ਮਤਲਬ ਆਪਣੀਆਂ ਚੀਜ਼ਾਂ ਨੂੰ ਪਹਿਲਾਂ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਤੁਸੀਂ ਮਾਸਕ ਲਗਾਉਣਾ ਹਰ ਮਰੀਜ਼ ਲਈ, ਆਪਣੀ ਇੱਕ ਡਰੈਸ ਰੱਖਣੀ ਹੈ, ਬਿਨਾਂ ਡਰੈਸ ਤੋਂ ਆਪਾਂ ਮਰੀਜ਼ ਕੋਲ ਨਹੀਂ ਜਾਣਾ, ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਮਰੀਜ਼ ਕਿਹੜਾ ਵਾ ਅਤੇ ਆਪਾਂ ਕਿਹੜੇ ਹਾਂ, ਆਪਾਂ ਤਾਂ ਉਹਨਾਂ ਦੇ ਘਰ ਦੇ ਮਤਲਬ ਮਾਹੌਲ ਹੀ ਹੋ ਗਿਆ ਆਪਣਾ ਸਾਰਾ, ਫਿਰ ਹੈ ਨਾ ਥੋੜ੍ਹਾ। ਸੇਵਾਦਾਰ ਨੂੰ ਇੰਨਾ ਵਧੀਆ ਸੁਝਾਅ ਦਿੱਤਾ, ਸੇਵਾ ਕਰਨ ਦਾ ਤਾਂ
ਸਿਖਾਇਆ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸਾਡੇ ਕੋਲ ਥੈਂਕ ਯੂ।